ਹਾਂਜੀ ਨਮਸਕਾਰ ਜੀ ਸਾਰੇ ਹੀ ਦਰਸ਼ਕ ਵੀਰਾਂ ਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਨਰਿੰਦਰ ਮੋਦੀ ਜੀ ਵਾਲੇ ਜਿਹੜੇ 2000 ਨੇ ਉਹਦੀ ਜਿਹੜੀ 12ਵੀਂ ਕਿਸ਼ਤ ਆ ਰਹੀ ਹੈ ਉਹਦੇ ਵਾਸਤੇ ਬਹੁਤ ਸਾਰੇ ਕਿਸਾਨ ਵੀਰਾਂ ਦੇ ਨਾਮ ਨੇ ਜਿਹੜੇ ਪੈਂਡਿੰਗ ਲਿਸਟ ਦੇ ਵਿੱਚ ਪਏ ਨੇ ਤਾਂ ਆਪਾਂ ਉਹ ਕਿਸ ਤਰ੍ਹਾਂ ਚੈੱਕ ਕਰਨਾ ਕਿ ਆਪਣਾ ਨਾਮ ਉਹਦੇ ਵਿੱਚ ਪੈਂਡਿੰਗ ਲਿਸਟ ਦੇ ਵਿੱਚ ਤਾਂ ਨਹੀਂ ਹੈਗਾ ਤਾਂ ਉਹ ਤੁਸੀਂ ਕਿਸ ਤਰ੍ਹਾਂ ਚੈੱਕ ਕਰਨਾ ਹੈ ਉਹ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਜਿਹੜੇ ਵੀ ਕਿਸਾਨ ਵੀਰਾਂ ਦੇ ਨਾਮ ਉਸ ਲਿਸਟ ਦੇ ਵਿੱਚ ਹੋਣਗੇ ਪੈਂਡਿੰਗ ਲਿਸਟ ਦੇ ਵਿੱਚ ਉਹਨਾਂ ਦੀ ਕਿਸ਼ਤ ਜਿਹੜੀ ਉਹ ਨਹੀਂ ਆਵੇਗੀ ਤਾਂ ਤੁਸੀਂ ਉਹ ਕਿਸ ਤਰ੍ਹਾਂ ਚੈੱਕ ਕਰਨਾ ਹੈ ਉਹ ਦੱਸਦੇ ਆਂ ਆਪਾਂ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਇਸ ਚੈਨਲ ਦੇ ਉੱਤੇ ਆਪਾਂ ਨਰਿੰਦਰ ਮੋਦੀ ਜੀ ਵੱਲੋਂ ਅਤੇ ਭਗਵੰਤ ਮਾਨ ਸਰਕਾਰ ਅਤੇ ਸਰਕਾਰੀ ਬੈਂਕਾਂ ਦੀਆਂ ਜਿੰਨੀਆਂ ਵੀ ਲੋਕ ਭਲਾਈ ਦੀਆਂ ਸਕੀਮਾਂ ਆਉਂਦੀਆਂ ਨੇ ਉਹਨਾਂ ਦੇ ਸੰਬੰਧ ਵਿੱਚ ਵੀਡੀਓ ਬਣਾ ਕੇ ਤੁਹਾਨੂੰ ਸਭ ਤੋਂ ਪਹਿਲਾਂ ਜਾਣਕਾਰੀ ਦਿੰਨੇ ਆਂ ਜਿਸ ਨੂੰ ਦੇਖ ਕੇ ਤੁਸੀਂ ਸਾਰੀਆਂ ਸਕੀਮਾਂ ਦਾ ਲਾਭ ਸਭ ਤੋਂ ਪਹਿਲਾਂ ਲੈ ਸਕਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਵੀਡੀਓ ਸ਼ੁਰੂ ਕਰਦੇ ਆਂ ਜੀ ਆਪਾਂ ਗੱਲ ਕਰ ਰਹੇ ਸੀ ਨਰਿੰਦਰ ਮੋਦੀ ਜੀ ਵਾਲੇ 2000 ਦੀ ਜਿਹੜੀ 12ਵੀਂ ਕਿਸ਼ਤ ਹੈ ਉਹਦੇ ਬਾਰੇ ਪੈਂਡਿੰਗ ਲਿਸਟ ਆਪਾਂ ਕਿਵੇਂ ਕੱਢਣੀ ਹੈ ਆਪਦੇ ਫੋਨ ਦੇ ਉੱਤੇ ਤਾਂ ਤੁਸੀਂ ਦੇਖ ਸਕਦੇ ਹੋ ਆਪਾਂ ਪੀਐਮ ਕਿਸਾਨ ਸਮਾਨ ਨਿਧੀ ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਖੋਲੀ ਹੋਈ ਆ ਤਾਂ ਤੁਸੀਂ ਵੀ Chrome browser ਦੇ ਵਿੱਚ ਜਾ ਕੇ PM ਕਿਸਾਨ ਭਰੋਗੇ ਜਦੋਂ ਤਾਂ ਉੱਥੇ ਜਿਹੜੀ ਆਪਣੀ ਉੱਪਰਲੀ ਵੈਬਸਾਈਟ ਹੂ ਸਭ ਤੋਂ ਉੱਪਰਲੀ ਉਹਦੇ ਉੱਤੇ ਕਲਿੱਕ ਕਰੋਗੇ ਤਾਂ ਤੁਸੀਂ ਸਿੱਧਾ ਇੱਥੇ ਪਹੁੰਚ ਜਾਓਗੇ ਜੇਕਰ ਤੁਹਾਨੂੰ ਉੱਥੋਂ ਨਹੀਂ ਲਿੰਕ ਮਿਲ ਰਿਹਾ ਤਾਂ نیچے ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਇਹਦਾ ਲਿੰਕ ਪਾ ਦਾਂਗੇ ਜਿਸ ਤੇ ਕਲਿੱਕ ਕਰਕੇ ਤੁਸੀਂ ਸਿੱਧਾ ਇਸ ਸਾਈਟ ਦੇ ਉੱਤੇ ਆ ਸਕਦੇ ਹੋ ਤਾਂ ਉਸ ਤੋਂ ਬਾਅਦ ਆਪਾਂ نیچے ਆਉਣਾ ਥੋੜਾ ਤੁਹਾਨੂੰ ਦੱਸਦੇ ਹਾਂ ਕਿਸ ਤਰ੍ਹਾਂ ਕੱਢਣਾ ਆਪਾਂ ਤਾਂ ਜਿਵੇਂ ਜਿਵੇਂ ਥੋੜਾ نیچے ਆਵਾਂਗੇ ਤਾਂ ਇੱਥੇ ਲਿਖਿਆ ਹੋਇਆ ਡੈਸ਼ਬੋਰਡ ਤਾਂ ਤੁਸੀਂ ਇਹਦੇ ਉੱਤੇ ਕਲਿੱਕ ਕਰਨਾ ਹੈ ਇਸ ਤੋਂ ਬਾਅਦ ਤੁਹਾਡੇ ਕੋਲੇ ਇਸ ਤਰ੍ਹਾਂ ਦਾ ਇੰਟਰਫੇਸ ਆ ਜਿਹੜਾ ਉਹ ਖੁੱਲ ਕੇ ਆਊਗਾ ਤਾਂ ਇੱਥੇ ਜਿਵੇਂ ਜਿਵੇਂ ਚੀਜ਼ਾਂ ਮੰਗ ਰਹੇ ਨੇ ਉਹ ਮੈਂ ਆਪਾਂ ਭਰਾਂਗੇ ਸਭ ਤੋਂ ਪਹਿਲਾਂ ਇਹਨਾਂ ਨੇ ਸਟੇਟ ਪੁੱਛੀ ਹੈ ਤਾਂ ਆਪਾਂ ਇੱਥੇ ਸਟੇਟ ਸਿਲੈਕਟ ਕਰਾਂਗੇ ਆਪਣੀਆਂ ਸਾਰੀਆਂ ਸਟੇਟ ਇੱਥੇ ਤੁਹਾਨੂੰ ਨਾਮ ਦੇਖਣਗੇ ਜਿਹੜੀ ਵੀ ਸਟੇਟ ਤੇ ਤੁਸੀਂ ਰਹਿਣ ਵਾਲੇ ਹੋ ਤੁਸੀਂ ਉਹ ਸਟੇਟ ਸਿਲੈਕਟ ਕਰਨੀ ਹੈ ਆਪਾਂ ਪੰਜਾਬ ਸਿਲੈਕਟ ਕਰਦੇ ਆ ਆਪਾਂ ਇਹਦੇ ਵਿੱਚ نیچے ਪੰਜਾਬ ਇੱਥੇ ਮਿਲ ਗਿਆ ਆਪਾਂ ਪੰਜਾਬ ਦੇ ਉੱਤੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਇਸ ਨੇ ਆਪਾਂ ਤੋਂ ਮੰਗਿਆ ਹੈ ਡਿਸਟ੍ਰਿਕਟ ਤਾ ਪੰਜਾਬ ਸਟੇਟ ਦੇ ਵਿੱਚ ਜਿੰਨੇ ਵੀ ਡਿਸਟ੍ਰਿਕਟ ਨੇ ਤੁਹਾਨੂੰ ਸਾਰੇ ਇੱਥੇ ਦਿਖ ਜਾਣਗੇ ਤਾਂ ਤੁਸੀਂ ਇੱਥੋਂ ਕੋਈ ਵੀ ਆਪਣਾ ਡਿਸਟ੍ਰਿਕਟ ਹੈ ਜਿਹੜਾ ਉਹਨੂੰ ਸਿਲੈਕਟ ਕਰ ਲਿਓ ਆਪਾਂ ਮਾਨਸਾ ਸਿਲੈਕਟ ਕਰ ਲੈਨੇ ਆ ਉਸ ਤੋਂ ਬਾਅਦ ਇਹਨਾਂ ਨੇ ਮੰਗਿਆ ਸਬ ਡਿਸਟ੍ਰਿਕਟ ਤਾਂ ਇਹਦੇ ਵਿੱਚ ਮਾਨਸਾ ਦੇ ਵਿੱਚ ਜਿੰਨੇ ਵੀ ਸਬ ਡਿਸਟ੍ਰਿਕਟ ਹੋਣਗੇ ਉਹ ਤੁਹਾਨੂੰ ਇੱਥੇ ਦਿਖਾਵੇਗਾ ਤਾਂ ਆਪਾਂ ਇੱਥੇ ਵੀ ਮਾਨਸਾ ਹੀ ਸਿਲੈਕਟ ਕਰ ਦਿੰਨੇ ਆ ਉਸ ਤੋਂ ਬਾਅਦ ਇਹਨੇ ਵਿਲੇਜ ਯਾਨੀ ਕਿ ਪਿੰਡ ਪੁੱਛਿਆ ਤਾਂ ਮਾਨਸਾ ਸਬ ਡਿਸਟ੍ਰਿਕਟ ਦੇ ਵਿੱਚ ਜਿੰਨੇ ਵੀ ਪਿੰਡ ਨੇ ਉਹ ਸਾਰਿਆਂ ਦੇ ਨਾਮ ਇੱਥੇ ਆ ਜਾਣਗੇ ਤਾਂ ਤੁਸੀਂ ਜਿਹੜਾ ਵੀ ਤੁਹਾਡਾ ਪਿੰਡ ਆ ਨੀਚੇ ਜਾ ਕੇ ਇਹ ਬਹੁਤ ਵੱਡੀ ਲਿਸਟ ਆ ਇਹਦੇ ਵਿੱਚ ਸਾਰੀ ਚੈੱਕ ਕਰਕੇ ਤੁਹਾਨੂੰ ਤੁਹਾਡੇ ਪਿੰਡ ਦਾ ਨਾਮ ਕਿਤੇ ਨਾ ਕਿਤੇ ਮਿਲ ਜੇਗਾ ਤਾਂ ਜਿਹੜਾ ਵੀ ਤੁਹਾਡਾ ਪਿੰਡ ਆ ਉਸ ਦੇ ਉੱਤੇ ਆਪਾਂ ਕਲਿੱਕ ਕਰਨਾ ਤਾਂ ਆਪਾਂ ਇੱਥੇ ਪਹਿਲੇ ਹੀ ਪਿੰਡ ਯਾਨੀ ਕਿ ਅਕਲੀਆ ਸਿਲੈਕਟ ਕਰ ਲਿਆ ਉਸ ਤੋਂ ਬਾਅਦ ਆਪਾਂ ਸ਼ੋਅ ਦੇ ਉੱਤੇ ਕਲਿੱਕ ਕਰਨਾ ਇਸ ਤੇ ਉੱਤੇ ਕਲਿੱਕ ਕਰਨ ਤੋਂ ਬਾਅਦ ਆਪਣੇ ਕੋਲੇ ਜਿਹੜਾ ਸਾਰਾ ਰਿਕਾਰਡ ਆ ਉਹ ਖੁੱਲ ਕੇ ਆ ਜਾਏਗਾ ਅਕਲੀਏ ਪਿੰਡ ਦਾ ਕਿਉਂਕਿ ਆਪਾਂ ਅਕਲੀਏ ਦੀ ਰਿਪੋਰਟ ਕੱਢੀ ਆ ਨਾ ਤੈਨੇ ਦੱਸਿਆ ਕਿ ਅਕਲੀਆ ਪਿੰਡ ਦੇ ਵਿੱਚ 1229 ਫਾਰਮਰ ਨੇ ਜਿਹੜੇ ਰਜਿਸਟਰਡ ਨੇ ਮੋਦੀ ਵਾਲੇ 2000 ਰੁਪਏ ਲੈਣ ਲਈ ਉਹਨਾਂ ਦੇ ਵਿੱਚੋਂ 818 ਨੇ ਜਿਨ੍ਹਾਂ ਨੂੰ ਰਿਸਿਵਡ ਆਲ ਪੇਮੈਂਟ ਯਾਨੀ ਕਿ 11 ਦੀ 11 ਕਿਸ਼ਤਾਂ ਮਿਲੀਆਂ ਨੇ ਤੇ 384 ਅਜਿਹੇ ਕਿਸਾਨ ਵੀਰ ਨੇ ਜਿਨ੍ਹਾਂ ਨੂੰ ਕੁਝ ਕਿਸ਼ਤਾਂ ਨਹੀਂ ਮਿਲੀਆਂ ਕੁਝ ਮਿਲੀਆਂ ਨੇ ਤੇ ਰੀਸੀਵਡ ਨੋ ਪੇਮੈਂਟ 27 ਜਿਹੜੇ ਫਾਰਮਰ ਨੇ ਇਹ ਜੀ ਜਿਨ੍ਹਾਂ ਨੂੰ ਕੋਈ ਵੀ ਕਿਸ਼ਤ ਨਹੀਂ ਮਿਲੀ ਅਜੇ ਤੱਕ ਤਾਂ ਤੁਸੀਂ ਇੱਥੇ ਸਾਰਾ ਉਹਦਾ ਬਾਇਓ ਡਾਟਾ ਆਪਾਂ ਨੂੰ نیچے ਆ ਗਿਆ ਆਧਾਰ ਸਟੇਟਸ ਯਾਨੀ ਕਿ ਈਕੇ ਵੀਸੀ ਕਿਦੀ ਹੋ ਗਈ ਕਿਦੀ ਨਹੀਂ ਹੋਈ ਤਾਂ 1228 ਇਹ ਜਿਹੇ ਬੰਦੇ ਨੇ ਜਿਨ੍ਹਾਂ ਨੇ ਈਕੇ ਵੀਸੀ ਕਰਵਾਉਣ ਲਈ ਭੇਜੀ ਸੀ ਤੇ ਉਹਦੇ ਵਿੱਚੋਂ 855 ਜਿਹੜੀ ਸਕਸੈਸਫੁਲ ਹੋ ਗਈ ਸੀ ਯਾਨੀ ਕਿ ਈਕੇ ਵੀਸੀ ਉਹਨਾਂ ਦੀ ਡਨ ਹੋ ਗਈ ਸੀ ਠੀਕ ਹੈ ਫੇਲ ਕਿਸੇ ਦੀ ਨਹੀਂ ਹੋਈ ਤੇ ਉਹਦੇ ਵਿੱਚੋਂ ਟੋਟਲ ਇਨ ਐਲੀਜੀਬਲ ਯਾਨੀ ਕਿ 373 ਕਿਸਾਨ ਵੀਰ ਅਜਿਹੇ ਨੇ ਜਿਹੜੇ ਸ਼ਰਤਾਂ ਨੂੰ ਪੂਰਾ ਨਹੀਂ ਕਰ ਰਹੇ ਤੇ ਉਹ ਇਨ ਐਲੀਜੀਬਲ ਹੋ ਗਏ ਨੇ ਤੇ ਉਹਨਾਂ ਦਾ ਨਾਮ ਆ ਜਿਹੜਾ ਉਹ ਕੱਟ ਦਿੱਤਾ ਗਿਆਗਾ ਉਸੇ ਤਰ੍ਹਾਂ ਆਨਲਾਈਨ ਰਜਿਸਟ੍ਰੇਸ਼ਨ ਸਟੇਟਸ ਤਾਂ ਕਈ ਕਿਸਾਨ ਵੀਰ ਹੁਣ ਜਿਹੜੇ ਨਵੇਂ ਰਜਿਸਟ੍ਰੇਸ਼ਨ ਕਰਾ ਰਹੇ ਨੇ ਆਨਲਾਈਨ ਉਹ 14 ਅਕਲੀਆ ਪਿੰਡ ਦੇ ਵਿੱਚੋਂ 1487 ਵੀਰ ਸੀ ਜਿਨ੍ਹਾਂ ਨੇ ਰਿਕਵੈਸਟ ਭੇਜੀ ਸੀ ਉਹਦੇ ਚੋਂ 1152 ਰਿਜੈਕਟ ਕਰ ਦਿੱਤੇ ਗਏ ਨੇ ਕਿਉਂਕਿ ਉਹ ਸ਼ਰਤਾਂ ਨੂੰ ਪੂਰਾ ਨਹੀਂ ਕਰਦੇ ਹੋਣੇ ਉਸ ਤੋਂ ਬਾਅਦ 6 ਜਿਹੜੇ ਕਿਸਾਨ ਵੀਰ ਨੇ ਉਹ ਐਕਸੈਪਟ ਕਰ ਲਏ ਯਾਨੀ ਕਿ ਉਹਨਾਂ ਨੂੰ ਅੱਜ ਤੋਂ ਮੋਦੀ ਵਾਲੇ 2000 ਆਇਆ ਕਰਨਗੇ ਤੇ 329 ਕਿਸਾਨ ਵੀਰ ਅਜੇ ਹਨ ਜਿਹੜੇ ਪੈਂਡਿੰਗ ਲਿਸਟ ਦੇ ਵਿੱਚ ਪਏ ਨੇ ਯਾਨੀ ਕਿ ਹਲੇ ਉਹਨਾਂ ਦੇ ਉੱਤੇ ਵਿਚਾਰ ਹੋ ਰਿਹਾ ਹੈ ਤਾਂ ਆਪਾਂ ਜਿਹੜੀ ਗੱਲ ਕਰਨੀ ਸੀ ਕਿ ਆਪਾਂ ਆਪਦਾ ਨਾਮ ਕਿਵੇਂ ਕੱਢਣਾ ਹੈ ਤਾਂ ਆਪਾਂ ਇੱਥੇ ਆਨਲਾਈਨ ਰਜਿਸਟ੍ਰੇਸ਼ਨ ਸਟੇਟਸ ਹੈ ਜਿਹੜਾ ਇਹਦੇ ਉੱਤੇ ਕਲਿੱਕ ਕਰਨਾ ਹੈ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਇਸ ਤਰ੍ਹਾਂ ਦਾ ਜਿਹੜਾ ਇੰਟਰਫੇਸ ਆ ਉਹ ਦਿਖਾਈ ਦੇਵੇਗਾ ਤਾਂ ਇੱਥੋਂ ਦੇ ਜਿਹੜੇ ਟੋਟਲ 590 ਕਿਸਾਨ ਵੀਰ ਸੀ ਜਿਹੜੇ ਰਜਿਸਟ੍ਰੇਸ਼ਨ ਜਿੰਨਾਂ ਨੇ ਭੇਜੀ ਸੀ ਉਹਦੇ ਵਿੱਚੋਂ ਇੱਕ ਹੈ ਜਿਹੜਾ ਉਹ ਐਕਸੈਪਟ ਕੀਤਾ ਗਿਆ ਹੈ 488 ਜਿਹੜੇ ਰਿਜੈਕਟ ਕੀਤੇ ਗਏ ਸੀ ਤੇ 101 ਨੇ ਜਿਹੜੇ ਕਿਸਾਨ ਵੀਰ ਉਹ ਪੈਂਡਿੰਗ ਲਿਸਟ ਦੇ ਵਿੱਚ ਪਏ ਨੇ ਤਾਂ ਜਦੋਂ ਆਪਾਂ نیچے ਜਾਵਾਂਗੇ ਆ ਸਾਰੇ ਪੈਂਡਿੰਗ ਕਿਸਾਨ ਵੀਰਾਂ ਦੀ ਜਿਹੜੀ ਲਿਸਟ ਹੈ ਉਹ ਇੱਥੇ ਦਿਖਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਕਿਸਾਨ ਵੀਰ ਨੇ ਜਿਹੜੇ ਉਹ ਪੈਂਡਿੰਗ ਲਿਸਟ ਦੇ ਵਿੱਚ ਪਏ ਨੇ ਤਾਂ ਇਹਨਾਂ ਦੀ ਗਿਣਤੀ نیچے ਦੇਖ ਸਕਦੇ ਹੋ 101 ਤੱਕ ਹੈ ਤਾ 101 ਕਿਸਾਨ ਵੀਰ ਨੇ ਜਿਹੜੇ ਪੈਂਡਿੰਗ ਲਿਸਟ ਦੇ ਵਿੱਚ ਪਏ ਨੇ ਜਿੱਦਾਂ ਕਿ ਆਪਾਂ ਉੱਪਰ ਵੀ ਦੇਖਿਆ ਸੀ ਕਿ 101 ਕਿਸਾਨ ਵੀਰ ਜਿਹੜੇ ਪੈਂਡਿੰਗ ਲਿਸਟ ਦੇ ਵਿੱਚ ਹਨ ਤੇ ਜਿਹੜੇ ਆ ਸਾਰੇ ਦੁਬਾਰਾ ਰਿਜੈਕਟਡ ਵਾਲੇ ਦੇਖਣੇ ਆ ਤਾਂ ਇਹ ਸਾਰੇ ਰਿਜੈਕਟ ਕੀਤੇ ਗਏ ਨੇ ਆ ਇੱਕ ਬੰਦੇ ਦੀ ਐਕਸੈਪਟ ਕੀਤੀ ਗਈ ਹੈ ਤੇ ਆ ਜਿੰਨੇ ਵੀ ਸਾਰੇ ਉਹਨਾਂ ਨੇ ਭੇਜੇ ਸੀਗੇ ਜਿੰਨਿਆਂ ਨੇ ਵੀ ਆਨਲਾਈਨ ਰਿਕੁਐਸਟ ਭੇਜੀ ਸੀ ਇਹ ਸਾਰੇ ਉਹਨਾਂ ਕਿਸਾਨ ਵੀਰਾਂ ਦੇ ਨਾਮ ਨੇ ਤਾਂ ਤੁਸੀਂ ਸਾਰੇ ਦੇਖ ਸਕਦੇ ਹੋ 590 ਕਿਸਾਨ ਵੀਰਾਂ ਨੇ ਜਿਹੜਾ ਆਨਲਾਈਨ ਰਜਿਸਟ੍ਰੇਸ਼ਨ ਕਰਾਉਣ ਲਈ ਰਿਕੁਐਸਟ ਭੇਜੀ ਸੀ ਤਾਂ ਆਪ ਇੱਥੇ ਵੀ ਦੇਖ ਸਕਦੇ ਆ ਕਿ ਐਕਸੈਪਟ 1 ਹੋਇਆ ਤੇ ਪੈਂਡਿੰਗ 101 ਹੋਏ ਨੇ ਜਿੰਨੇ ਵੀ ਕਿਸਾਨ ਵੀਰਾਂ ਦੇ ਨਾਮ ਪੈਂਡਿੰਗ ਲਿਸਟ ਦੇ ਵਿੱਚ ਆ ਰਹੇ ਨੇ ਉਹਨਾਂ ਨੂੰ ਇਹ ਕਿਸ਼ਤ ਜਿਹੜੀ ਉਹ ਨਹੀਂ ਦਿੱਤੀ ਜਾਵੇਗੀ ਜਿਹੜੇ ਕਿਸਾਨ ਵੀਰਾਂ ਦੇ ਨਾਮ ਕਲੀਅਰ ਨੇ ਉਹਨਾਂ ਨੂੰ ਹੀ ਜਿਹੜੀ 12ਵੀਂ ਕਿਸ਼ਤ ਹੈ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਈ ਜਾਵੇਗੀ ਤਾਂ ਤੁਸੀਂ ਵੀ ਇਸ ਤਰ੍ਹਾਂ ਵੀਡੀਓ ਨੂੰ ਦੇਖ ਕੇ ਆਪਣੀ ਜਿਹੜੀ ਲਿਸਟ ਆ ਆਪਣਾ ਜਿਹੜਾ ਨਾਮ ਆ ਉਹ ਚੈੱਕ ਕਰ ਸਕਦੇ ਹੋ ਸਰਕਾਰੀ ਸਕੀਮਾਂ ਦੀ ਜਾਣਕਾਰੀ ਲੈਣ ਲਈ ਅਤੇ ਨਰਿੰਦਰ ਮੋਦੀ ਜੀ ਵਾਲੇ 2000 ਦੇ ਹਰੇਕ ਅਪਡੇਟ ਸਭ ਤੋਂ ਪਹਿਲਾਂ ਜਾਣਨ ਲਈ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਆਈਕਨ ਜ਼ਰੂਰ ਦਬਾ ਲਿਓ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਜ਼ਰੂਰ ਕਰਕੇ ਜਾਇਓ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਉਨੀ ਦੇਰ ਲਈ ਬਹੁਤ ਬਹੁਤ ਧੰਨਵਾਦ